ਸਤਿ ਸ਼੍ਰੀ ਅਕਾਲ ਜੀ। ਆਹ 5-7 ਯਾਰਾਂ ਦੀ ਫਰਮਾਇਸ਼ 'ਤੇ ਇੱਕ ਗਾਣਾ ਲਿਖਿਆ ਹੈ, ਤੁਹਾਨੂੰ ਸੁਣਾਉਣ ਲੱਗੇ ਹਾਂ। ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ। ਉਹ ਸੱਜੀ ਮਹਿਫਲੇ ਆ ਅੱਜ ਸੱਜੀ ਘਰੇ ਬਲਰਾਜ ਦੇ, ਉਹ ਬੈਠੇ ਉਸ ਥਾਂ 'ਤੇ ਜਿੱਥੇ ਸਾਨੂੰ ਕੋਈ ਨਾ ਆਵਾਜ਼ ਦੇ, ਉਹ ਬੈਠੇ ਉਸ ਥਾਂ 'ਤੇ ਜਿੱਥੇ ਸਾਨੂੰ ਕੋਈ ਨਾ ਆਵਾਜ਼ ਦੇ। ਉਹ ਬਸ 5-7 ਜਾਣੇ ਆ ਨਹੀਂ ਪੱਟਿਆ ਸਿਗਨੇਚਰ ਦਾ ਡੱਟ ਬਲੀਏ, ਹੁਣ ਵਾਰ ਵਾਰ ਫੋਨ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਬੱਲੀਏ, ਹੁਣ ਵਾਰ ਵਾਰ ਫੋਨ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਬੱਲੀਏ। ਉਹ ਸੰਧੂਆਂ ਦਾ ਮਿੰਟੂ ਨਾਲ ਮੁੰਡਾ ਏ ਬਰਾੜਾਂ ਦਾ, ਵਿਆਹ ਪਿੰਦਰ ਦਾ ਹੋਇਆ ਪੂਰਾ ਚਰਚਾ ਏ ਯਾਰਾਂ ਦਾ। ਉਹ ਸੰਧੂਆਂ ਦਾ ਮਿੰਟੂ ਨਾਲ ਮੁੰਡਾ ਏ ਬਰਾੜਾਂ ਦਾ, ਵਿਆਹ ਪਿੰਦਰ ਦਾ ਹੋਇਆ ਪੂਰਾ ਚਰਚਾ ਏ ਯਾਰਾਂ ਦਾ। ਕੰਮ ਆਉਣੀਆਂ ਨੇ ਯਾਰਾਂ ਦੀਆਂ ਯਾਰੀਆਂ, ਹੋਰ ਜਾਣਾ ਕੀ ਆ ਖੱਟ ਬੱਲੀਏ, ਹੁਣ ਵਾਰ ਵਾਰ ਫੋਨ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਬੱਲੀਏ, ਹੁਣ ਵਾਰ ਵਾਰ ਫੋਨ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਬੱਲੀਏ। ਉਹ ਗੁਰਜੰਟ ਮੰਡ ਫੌਜੀ ਉੱਤੇ ਮਾਣ ਪੂਰਾ ਸੋਹਣੀਏ, ਉਹ ਸੁੱਖ ਸੰਧੂ ਗੀਤ ਲਿਖਿਆ ਏ ਤਾਂ ਪੱਟ ਹੋਣੀਏ, ਗੁਰਜੰਟ ਮੰਡ ਫੌਜੀ ਉੱਤੇ ਮਾਣ ਪੂਰਾ ਸੋਹਣੀਏ, ਉਹ ਸੁੱਖ ਸੰਧੂ ਲਿਖਿਆ ਏ ਗੀਤ ਤਾਂ ਪੱਟ ਹੋਣੀਏ। ਉਹ ਖਿੜੇ ਮੱਥੇ ਯਾਰਾਂ ਨੂੰ ਹਾਂ ਮਿਲਦੇ, ਉਹ ਖਿੜੇ ਮੱਥੇ ਯਾਰਾਂ ਨੂੰ ਹਾਂ ਮਿਲਦੇ, ਕਦੇ ਪਾਇਆ ਨਹੀਂ ਉਹ ਵੱਟ ਸੋਹਣੀਏ, ਹੁਣ ਵਾਰ ਵਾਰ ਮੁਣ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਸੋਹਣੀਏ, ਉਹ ਹੁਣ ਵਾਰ ਵਾਰ ਮੁਣ ਕਰਨਾ ਰਕਾਨੇ ਬੈਠਾ ਯਾਰਾਂ ਵਿੱਚ ਜੱਟ ਸੋਹਣੀਏ। ਬਾਈ ਜੀ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ, ਕਮੈਂਟ ਰਾਹੀਂ ਸ਼ੇਅਰ ਜ਼ਰੂਰ ਕਰਿਓ ਜੀ।